ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਇਹ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਗੰਜ ਹੈ। ਫਿਲਹਾਲ ਇਸ ਗੁਰਦੁਆਰਾ ਸਾਹਿਬ ਤੋਂ ਇੱਕ ਟਰਾਂਸਪੋਰਟ ਕੰਪਨੀ ਦਾ ਕੰਮਕਾਜ ਜਿਹੜਾ ਉਹ ਚੱਲ ਰਿਹਾ। ਚਰੋਕਣੇ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਵੀ ਹੈ ਕਿ ਇਹ ਪਾਵਨ ਅਸਥਾਨ ਸੇਵਾ ਸੰਭਾਲ ਵਾਸਤੇ ਸਿੱਖ ਸੰਗਤਾਂ ਦੇ ਸਪੁਰਦ ਕੀਤਾ ਜਾਏ। ਇਹਦੀ ਅਹਿਮੀਅਤ ਬੜੀ ਵੱਡੀ ਹੈ। ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਵੀ ਕੀਤਾ ਹੈ ਕਿ ਜਹਾਂ ਸਿੰਘ ਥੇ ਅੰਗ ਕਟਾਏ ਦੱਬੀ ਵਿਭੂਤ ਤਾਹਾਂ ਹੈ। ਇਸ ਅਸਥਾਨ ਦੇ ਥੱਲੇ ਭਾਈ ਮਨੀ ਸਿੰਘ ਜੀ ਜੀ ਦੇ ਪੰਜ ਭੌਤਿਕ ਤਨ ਨੂੰ ਸੰਸਕਾਰ ਕਰਕੇ ਉਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਜਿਹੜਾ ਹੈ ਉਹ ਦਬਾਈ ਗਈ ਸੀ। ਤਾਹਾਂ ਸ਼ਹੀਦ ਗੰਜ ਅਬ ਉਨਕਾ ਜਗਤ ਪੂਜ ਪਲ ਹੈ ਸੋ। ਭਾਈ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਹ ਸ਼ਹੀਦ ਗੰਜ ਜਿਹੜਾ ਹੈ ਭਾਈ ਮਨੀ ਸਿੰਘ ਜੀ ਦਾ, ਇਹਦੀ ਸੰਗਤਾਂ ਜਿਹੜੀਆਂ ਹੈ ਉਹ ਬਹੁਤ ਸ਼ਿੱਦਤ ਸਿਦਕ ਦੇ ਨਾਲ ਪੂਜਾ ਕਰਦੀਆਂ ਨੇ, ਸਨਮਾਨ ਦਿੰਦੀਆਂ ਨੇ। ਇਹ ਮਸਤੀ ਦਰਵਾਜ਼ੇ ਦੇ ਅੰਦਰ ਹੈ। ਮਸਤੀ ਦਰਵਾਜ਼ੇ ਕੇ ਅੰਦਰ ਗੰਜ ਸ਼ਹੀਦ ਸੋ ਸੋਹੀ, ਭਾਈ ਭਗਤ ਸਿੰਘ ਪੁਜਾਰੀ ਲਾਇਕ ਤਹਾਂ ਆਤੋਹੀ। ਗਿਆਨੀ ਗਿਆਨ ਸਿੰਘ ਮੁਤਾਬਕ ਉਸ ਵੇਲੇ ਭਾਈ ਭਗਤ ਸਿੰਘ ਇਸ ਅਸਥਾਨ ਦੇ ਪੁਜਾਰੀ ਸਨ ਔਰ ਮਸਤੀ ਦਰਵਾਜ਼ੇ ਦੇ ਅੰਦਰ ਇਹ ਸ਼ਹੀਦ ਗੰਜ ਜਿਹੜਾ ਹੈ ਬਣਿਆ ਹੋਇਆ, ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ। ਬੇਸ਼ੱਕ ਹੁਣ ਕਿਲ੍ਹੇ ਦਾ ਦਰਵਾਜ਼ਾ ਜਿਹੜਾ ਹੈ ਬੰਦ ਹੈ। ਗਿਆਨੀ ਗਿਆਨ ਸਿੰਘ ਜਦੋਂ ਇਹ ਲਿਖਦੇ ਨੇ ਉਦੋਂ ਵੀ ਇਹ ਦਰਵਾਜ਼ਾ ਬੰਦ ਸੀ। ਅਬ ਦਰਵਾਜ਼ਾ ਜੋ ਕਿਲ੍ਹੇ ਕਾ ਬੰਦ ਸ਼ਹਿਰ ਤਿਸਤੇ ਹੈ, ਅੱਜ ਵੀ ਇਹ ਦਰਵਾਜ਼ਾ ਬੰਦ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕਿਉਂਕਿ ਮੱਸਿਆ ਵਾਲੇ ਦਿਨ ਹੋਈ ਸੀ। ਰੋਜ਼ ਉਮਾਵਸ ਕਾ ਥਾ ਸਉ ਸਿੰਘ ਸਰੀਰ ਬਖੇਰਾ, ਤਾਤੇ ਜੋੜ ਮੇਲ ਉਡਵੈ ਉਛਵੈ ਤਾਂ ਹੋਤ ਉਮੱਸਿਆ ਕੇਰਾ। ਇਸ ਲਈ ਮੱਸਿਆ ਦੇ ਦਿਨ ਅੱਜ ਵੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਸ ਅਸਥਾਨ ਦੇ ਉੱਤੇ ਜੋੜ ਮੇਲਾ ਹੁੰਦਾ ਹੈ, ਭਾਵ ਕਿ ਮੱਸਿਆ ਵਾਲੇ ਦਿਨ ਇਸ ਅਸਥਾਨ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੀ। ਇੱਕ ਸਾਈਕਲ ਯਾਤਰੀ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ ਨੇ ਵੀ ਇਸ ਅਸਥਾਨ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਇਸ ਅਸਥਾਨ ਦੇ ਨਾਲ ਹੀ ਭਾਈ ਰਾਮ ਸਿੰਘ ਜੀ ਜਿਹੜੇ ਗੁਜਰਾਤ ਚੋਂ 16,000 ਹਿੰਦੂ ਲੜਕੀਆਂ ਨੂੰ ਛੁੜਾ ਕੇ ਮੁਗਲਾਂ ਤੋਂ ਲੈ ਕੇ ਆਏ ਸਨ, ਉਹਨਾਂ ਦਾ ਵੀ ਸੀਸਗੰਜ ਜਿਹੜਾ ਹੈ ਉਹ ਬਣਿਆ ਹੋਇਆ ਸੀ। ਜਿਹੜੇ ਭਾਈ ਧੰਨਾ ਸਿੰਘ ਜੀ ਨੇ ਉਹਨਾਂ ਦੇ ਮੁਤਾਬਕ ਕਿ ਮੈਂ ਜਦੋਂ ਇਸ ਅਸਥਾਨ ਦੇ ਦਰਸ਼ਨ ਕੀਤੇ ਤੇ ਇੱਕ ਇੱਥੇ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਸੁਭਾਇਮਾਨ ਸੀ। 1860 ਬਿਕਰਮੀ ਪਾਦੋਵਦੀ 10 ਨੂੰ ਉਹ ਪਾਵਨ ਸਰੂਪ ਤਿਆਰ ਹੋਇਆ ਸੀ, ਉਹਦੇ ਉੱਤੇ ਤਰੀਕ ਲਿਖੀ ਸੀ। ਬੜੇ ਛੋਟੇ ਆਕਾਰ ਦਾ ਇਹ ਪਾਵਨ ਸਰੂਪ ਸੀ, ਇੱਕ ਗਿੱਠ ਦੇ ਬਰਾਬਰ, 8 ਰੰਗਾਂ ਦੀ ਸਿਆਹੀ ਸੀ, ਕਾਗਜ਼ ਵੀ 8 ਰੰਗ ਦਾ ਸੀ, ਕਸ਼ਮੀਰੀ ਕਾਗਜ਼ ਸੀ ਤੇ 1422 ਪੰਨੇ ਜਿਹੜੇ ਸੀ ਇਸ ਬੀੜ ਦੇ ਸਨ। ਪਰ ਸਭ ਤੋਂ ਖੂਬਸੂਰਤ ਗੱਲ ਭਾਈ ਧੰਨਾ ਸਿੰਘ ਨੇ ਲਿਖੀ ਹੈ ਕਿ ਭਾਈ ਮਨੀ ਸਿੰਘ ਜੀ ਦੇ ਇਸ ਅਸਥਾਨ ਦੇ ਉੱਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਉਹਦੇ 181 ਅੰਗ ਤੇ ਇੱਕ ਪਾਤਸ਼ਾਹੀ ਚੌਥੀ ਦਾ ਹੁਕਮਨਾਮਾ ਜਿਹੜਾ ਹੈ ਉਹ ਲਿਖਿਆ ਸੀ, ਜਿਹਦੇ ਵਿੱਚ ਸ਼ਬਦ ਸਨ ਚੌਥੀ ਪਾਤਸ਼ਾਹੀ ਦਾ, ਸਿੱਖ ਸੰਗਤ ਕੀ ਸੇਵ ਕੀਤੇ ਗੁਰੂ ਗੱਤ ਰਾਮਦਾਸ ਗੁਰੂ ਬੇਣ ਲਾਲ ਚੰਦ ਸਰਬੱਤ ਸੰਗਤ ਗੁਰੂ ਲਏਗਾ, ਰਾਮਦਾਸ ਜੀ ਕਰ ਜੋੜੇ ਸਤ ਜੀ ਪਾਸੋਂ ਮਨਜ਼ੂਰ ਕੀਤਾ, ਸੰਗਤ ਜੀ ਪਰ ਦਇਆ ਗੁਰੂ ਤੁਸਾਡੀ ਰੱਖੇਗਾ, ਤੁਸਾਡੇ ਪਰ ਗੁਰੂ ਕੀ ਮਿਹਰ ਹੋਏਗੀ। ਇਹ ਬੀੜ ਭਾਈ ਮਨੀ ਸਿੰਘ ਜੀ ਦੇ ਪਾਸ ਸੀ ਜੋ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਲਾਹੌਰ ਦੀ ਸੰਗਤ ਨੂੰ ਦਿੱਤੀ ਸੀ। ਇੱਕ ਪੁਜ਼ਾਰੀ ਸੀ, ਉਸ ਪੁਜ਼ਾਰੀ ਨੇ ਇਸ ਬੀੜ ਨੂੰ, ਭਾਈ ਧੰਨਾ ਸਿੰਘ ਲਿਖਦੇ ਨੇ ਕਿ 25 ਰੁਪਏ ਦੇ ਵਿੱਚ ਇੱਕ ਚਟਕਾਈ ਸਿੰਘ ਦੇ ਪਾਸ ਜਿਹੜਾ ਹੈ ਉਹ ਦੇ ਦਿੱਤਾ ਸੀ। ਬਾਅਦ ਵਿੱਚ ਸੰਗਤ ਨੇ 25 ਰੁਪਏ ਦੇ ਕੇ ਉਹ ਪਾਵਨ ਬੀੜ ਵਾਪਸ ਲਿਆ ਕੇ ਇਸ ਸ਼ਹੀਦ ਗੰਜ ਸਾਹਿਬ ਦੇ ਸਥਾਨ ਦੇ ਉੱਤੇ ਸੁਭਾਇਮਾਨ ਕੀਤੀ, ਔਰ ਜੋ ਤਕਰੀਬਨ 7 ਸਾਲ ਪਹਿਲਾਂ ਦੀ ਗੱਲ ਹੈ। ਸਿੱਖ ਇਤਿਹਾਸ ਦਾ ਇਹ ਬਹੁਤ ਅਹਿਮ ਸਥਾਨ ਹੈ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ। ਇੱਥੇ 8 ਕੌਨਾ ਇੱਕ ਚੌਂਕੜਾ ਬਣਿਆ ਹੋਇਆ ਸੀ ਤੇ ਨਾਲ ਹੀ ਸੱਜੇ ਪਾਸੇ ਭਾਈ ਰਾਮ ਸਿੰਘ ਜੀ ਸ਼ਹੀਦ ਦਾ ਸ਼ਹੀਦ ਗੰਜ ਵੀ ਮੌਜੂਦ ਸੀ। ਬੜਾ ਵੱਡਾ ਇਹ ਅਸਥਾਨ ਸੀ, ਇੱਥੇ ਲੰਗਰ ਵੀ ਚੱਲਦਾ ਸੀ, ਇੱਥੇ ਸੰਗਤਾਂ ਜਿਹੜੀਆਂ ਹੈ ਉਹ ਰਿਹਾਇਸ਼ ਵੀ ਕਰਦੀਆਂ ਸੀ। ਉੱਪਰ ਚੜ੍ਹ ਕੇ ਜਦੋਂ ਇਸ ਅਸਥਾਨ ਦੇ ਦੇਖਿਆ ਤੇ ਇਸ ਅਸਥਾਨ ਦਾ ਗੁੰਬਦ ਵੀ ਜਿਹੜਾ ਹੈ ਉਹ ਬਿਲਕੁਲ ਉਸੇ ਸੁਰੱਖਿਅਤ ਹਾਲਤ ਦੇ ਵਿੱਚ ਮੌਜੂਦ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ। ਇਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।